ਪਿੰਡ ਦਾ ਸਰਾਂ ਡਾਂਗੇ ਵਾਲੀ ਮਰਾੜਾ। ਅੱਛਾ ਮਰਾੜਾ ਮਰਾੜ ਤੇ ਅੱਗੇ ਆ ਗਿਆ ਵਟੂਆਂ ਚੱਕ। ਮਊਸਰ ਮੰਡੀ ਲੱਗਦੀ ਮੂਠਾਂ ਦੀ ਪਿੰਡ ਸੀਗਾ ਜੀ ਇੱਕ ਹਰੀ ਕੀ। ਅੱਛਾ ਬਲੂ ਵਾਲਾ ਹਾਂ ਤੇ ਖਾਰਾ ਇੱਕ ਸਿੱਖ ਦਾ ਨਾਮ ਮੈਨੂੰ ਯਾਦ ਆ ਉਹਦੇ ਨਾਂ ਸੀ ਕਿਸ਼ਨਾ। ਬਾਬਾ ਜੀ ਅਸਲਾਮ ਅਲੈਕਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਆ ਤੁਸੀਂ ਸੁਣਾਓ ਠੀਕ ਠਾਕ ਹੋ? ਅੱਲਾ ਦੀ ਰਹਿਮਤ ਆ। ਕੀ ਨਾਂ ਹੈ ਜੀ ਆਪਣਾ? ਅਬਦੁਲ ਜੀ। ਤੇ ਅੱਬੇ ਜੀ ਦਾ? ਨਜ਼ਰਦੀਨ। ਦਾਦਾ ਜੀ? ਸ਼ਾਮੂ। ਅੱਛਾ ਸ਼ਾਮਦੀਨ। ਇਹ ਕਿਹੜੀ ਜਗ੍ਹਾ ਜਿੱਥੇ ਆਪਾਂ ਬੈਠੇ ਆ? ਅਸੀਂ ਬੈਠੇ ਇੱਥੇ ਬਾਈਚੱਕ ਛੋਟੂ ਰਾਮ ਵਾਲਾ 681/22। ਹਾਂਜੀ ਬਾਈ ਛੋਟੂ ਰਾਮ ਵਾਲੀ। ਛੋਟੂ ਰਾਮ ਵਾਲਾ ਇੱਥੇ ਛੋਟੂ ਰਾਮ ਰਹਿੰਦਾ ਸੀ? ਹਾਂਜੀ ਇੱਥੇ ਰਹਿੰਦਾ ਗਿਆ। ਅੱਛਾ ਉਹਦੀ ਕੋਠੀ ਆ ਇੱਥੇ। ਕੌਣ ਸੀ ਉਹ? ਉਹ ਹਿੰਦੂ ਸੀ ਮੇਰੇ ਖਿਆਲ। ਅੱਛਾ ਅੰਗਰੇਜ਼ ਹਕੂਮਤ ਦਾ ਵਜ਼ੀਰ ਸੀ? ਹਾਂਜੀ ਇੱਥੇ ਇਸ ਪਿੰਡ ਚ ਰਹਿ ਕੇ ਗਿਆ। ਹਾਂਜੀ ਅੱਛਾ ਇੱਥੇ ਕੋਈ ਮੰਦਰ ਵੀ ਹੈ? ਮੰਦਰ ਵੀ ਹੈਗਾ। ਮੰਦਰ ਵੀ ਹੈਗਾ। ਅੱਛਾ ਗੁਰਦੁਆਰਾ ਵੀ? ਅੱਛਾ ਗੁਰਦੁਆਰਾ ਵੀ। ਗੁਰਦੁਆਰਾ ਵੀ। ਅੱਛਾ ਅੱਛਾ ਤੇ ਕੋਠੀ ਵੀ। ਇੱਥੇ ਨਾਲ ਦੋ ਚਾਰ ਪਿੰਡਾਂ ਦੇ ਨਾਂ ਦੱਸੋ ਖਾਂ। 720 ਲਿਖ ਲਓ। 620। ਹਾਂਜੀ 19 ਲਿਖ ਲਓ। ਹਾਂਜੀ ਫਿਰ ਗਾ 18 ਆ ਗਈ। ਹਾਂਜੀ 21 ਆ ਗਈ। ਅੱਛਾ ਜੀ 21 ਤੋਂ ਕੇ 13 ਆ ਗਈ। ਹਾਂਜੀ 13 ਤੋਂ ਕੇ 24 ਆ ਗਈ। 24 ਤੇ ਤਹਿਸੀਲ ਇੱਥੋਂ ਕਿਹੜੀ ਆ? ਤਹਿਸੀਲ ਸਾਨੂੰ ਅਸੀਂ ਟੋਬਾ ਪੀਰ ਮਾਲਾ। ਤਹਿਸੀਲ ਪੀਰ ਮਾਲਾ ਅੱਜ ਕੱਲ ਹੁਣ ਪੀਰ ਮਾਲਾ ਤਹਿਸੀਲ ਪੀਰ ਮਾਲਾ ਜੀ ਤਹਿਸੀਲ ਕਿਹੜੀ ਸੀ ਉੱਥੇ? ਮਊਸਰ ਮੰਡੀ ਲੱਗਦੀ ਮੂਠਾਂ ਦੀ। ਮਊਸਰ ਆਪਣੇ ਪਿੰਡ ਦੇ ਨਾਲ ਕੋਈ ਦੱਸੋ ਉੱਥੋਂ ਦੋ ਚਾਰ ਪਿੰਡ ਕਿਹੜੇ ਸੀ? ਪਿੰਡ ਸੀਗਾ ਜੀ ਇੱਕ ਹਰੀ ਕੀ। ਅੱਛਾ ਬਲੂ ਵਾਲਾ ਹਾਂ ਤੇ ਖਾਰਾ। ਹਾਂ ਇਹ ਪਿੰਡ ਕਿਹਨਾਂ ਦੇ? ਸਿੱਖਾਂ ਦੇ ਸੀ? ਸਿੱਖਾਂ ਦੇ। ਅੱਛਾ ਸਾਡੇ ਪਿੰਡ ਚ ਮੁਸਲਮਾਨ ਘਰ ਸੀ 10-12 ਸਿਰਫ 10-12 ਬਾਕੀ ਬਾਕੀ ਕੌਣ ਸੀ? ਬਾਕੀ ਸਿੱਖ ਤੇ ਕਰਾਰ। ਅੱਛਾ ਸਿੱਖ ਤੇ ਕਰਾਰ। ਕਿੱਡਾ ਕੁ ਪਿੰਡ ਸੀ ਜੀ? ਪਿੰਡ ਉਹ ਆਪਣੇ ਨਾ ਜਿੱਡਾ ਕੁ ਪਹਿਲਾਂ ਹਾ ਸੀਗਾ ਇਹਦੇ ਨਾਲੋਂ ਛੋਟਾ ਸੀਗਾ ਉਹ। ਅੱਛਾ ਛੋਟਾ ਸੀ। ਹਾਂਜੀ ਚੇਤਾ ਭੁੱਲ ਗਿਆ। ਅੱਛਾ ਅੱਛਾ ਮਸਜਿਦ ਹੈ ਸੀ ਆਪਣੇ ਪਿੰਡ ਚ? ਸਾਡੇ ਬੂਹੇ ਦੇ ਮੋਹਰੇ ਸੀ ਕੱਚੀ ਸੀ। ਕੱਚੀ ਮਸਜਿਦ ਸੀ? ਹਾਂਜੀ ਕੱਚੀ ਸੀ। ਪੰਜੇ ਟਾਈਮ ਨਮਾਜ਼ ਪੜ੍ਹਦੇ ਸੀ? ਹਾਂਜੀ। ਅੱਛਾ ਠੀਕ ਆ। ਸਕੂਲ ਹੈ ਸੀ? ਸਕੂਲ ਸਾਡੇ ਕੋਈ ਨਹੀਂ ਸੀ। ਅੱਛਾ ਕਿਵੇਂ ਗਲੀਆਂ ਪਿੰਡ ਦੀਆਂ ਖੁੱਲੀਆਂ ਸੀ ਜਾਂ ਕਿਵੇਂ ਦੀਆਂ ਸੀ? ਗਲੀਆਂ ਖੁੱਲੀਆਂ ਸੀ ਜਿਵੇਂ ਆਹ। ਅੱਛਾ
ਠੀਕ ਹੈ ਤੇ ਮਾਲ ਪਸ਼ੂ ਹੈ ਸੀ ਆਪਣੇ ਕੋਲ ਮਾਲ ਬਹੁਤ ਸਾਰਿਆਂ ਕੋਲ ਸੀ ਮੱਝਾਂ ਰੱਖੀਆਂ ਹੋਈਆਂ ਛੋਲੇ ਪਾਉਂਦੇ ਸੀ ਮੱਝਾਂ ਨੂੰ ਕਣਕ ਵੀ ਹੁੰਦੀ ਸੀ ਛੋਲੇ ਵੀ ਬਥੇਰੇ ਹੁੰਦੇ ਸੀਗੇ ਅੱਛਾ ਬਾਕੀ ਮੱਕੀਆਂ ਮੱਕੀਆਂ ਵੀ ਹੁੰਦੀਆਂ ਸੀ ਜ਼ਮੀਨ ਕਰਮਾਂ ਵਾਲੀ ਚੰਗੀ ਸੀ ਜ਼ਮੀਨ ਬਹੁਤ ਮੋਟੀ ਸੀ ਜੀ ਉਹ ਅੱਛਾ ਠੀਕ ਹੈ ਕਪਾਹ ਵੀ ਹੁੰਦੀ ਸੀ ਕਪਾਹ ਵੀ ਹੁੰਦੀ ਸੀ ਅੱਛਾ ਤੇ ਪਾਣੀ ਫਿਰ ਨਹਿਰੀ ਲੱਗਦਾ ਸੀ ਕਿ ਦੂਸਰਾ ਪਾਣੀ ਨਹਿਰੀ ਲੱਗਦਾ ਸੀਗਾ ਬਾਕੀ ਪੀਂਦੇ ਸੀ ਖੂਹਾਂ ਦਾ ਸੀ ਪੂਰਾ ਪਾਣੀ ਸਾਰੇ ਬਹੁਤ ਡੂੰਘਾ ਸੀਗਾ ਅੱਛਾ ਅੱਛਾ ਤੇ ਬੋਤੀ ਜੋੜ ਕੇ ਪਾਣੀ ਕੱਢਦੇ ਸੀ ਅੱਛਾ ਅੱਛਾ ਕਿੰਨੇ ਟਿੰਡਾ ਵਾਲਾ ਹੋਣਾ ਟਿੰਡਾ ਵਾਲਾ ਖੂਹ ਹੋਣਾ ਫਿਰ ਨਹੀਂ ਟਿੰਡਾ ਵਾਲਾ ਨਹੀਂ ਸੀ ਹਾਂ ਬੋਤੀ ਜੋੜ ਕੇ ਬੋਕੇ ਨਾਲ ਪਾਣੀ ਕੱਢਦੇ ਸੀ ਅੱਛਾ ਸਹੀ ਸਹੀ ਉਹ ਫਿਰ ਐਂ ਲਿਬੜਦਾ ਹੋਣਾ ਨਾਲ ਨਹੀਂ ਬੋਤੀ ਜੋੜ ਲੈਣੀ ਖੂਹ ਤੇ ਹਾਂਜੀ ਤੁਰੀ ਜਾਣਾ ਲੱਜ ਤੁਰੀ ਜਾਣੀ ਬਾਹਰ ਬਾਬਾ ਜੀ ਜਦੋਂ ਫਿਰ ਉਜਾੜੇ ਪਏ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਪਤਾ ਲੱਗਾ ਜੀ ਸਾਡੇ ਪਿੰਡ ਵਾਲਾ ਜਿਹੜਾ ਸੀ ਨਾ ਸਰਦਾਰ ਹਾਂਜੀ ਉਹ ਸਿੱਖ ਅੱਛਾ ਉਹ ਇਹ ਜੰਗ ਸ਼ਹਿਰ ਚ ਪੜ੍ਹ ਕੇ ਗਿਆ ਅੱਛਾ ਉਹ ਸਾਨੂੰ ਜੇ ਫਿਰ ਰਾਤ ਨੂੰ ਪਾਇਆ ਨਾ ਘੇਰਾ ਅਸੀਂ ਪਏ ਸੀ ਕੋਠੇ ਦੇ ਏਡਾ ਕੁ ਸੀ ਮੈਂ ਉਦੋਂ ਕੋਠੇ ਦੇ ਬਹਿ ਲੋਟੇ ਭਾਂਡੇ ਸੀ ਮਸੀਤ ਦੇ ਉਹ ਅੱਛਾ ਤੇ ਸਭ ਉਹਨੇ ਕਿਹਾ ਗੱਲ ਇਹ ਕਿਸੇ ਬੱਚੇ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਆ ਤੁਸੀਂ ਗਏ ਆ ਬਾਕੀ ਕਿਸੇ ਨੂੰ ਹੱਥ ਨਹੀਂ ਲਾਉਣਾ ਤੁਸੀਂ ਉਹ ਜਨਾਬ ਜਿਹੜੇ ਕੋਠੇ ਦੇ ਪਏ ਨਾ ਮਸੀਤ ਦੇ ਲੋਟੇ ਭਾਂਡੇ ਸੀਗੇ ਤੇ ਉਹ ਮੈਂ ਮਾਂ ਨੂੰ ਪੁੱਛਦਾ ਵੀ ਆਹ ਕੀ ਆ ਕਹਿੰਦੀ ਪਹਿਰੇ ਵਾਲੇ ਆ ਕੇ ਅੱਛਾ ਉਹਨੇ ਪਹਿਰੇ ਦਾ ਨਾਂ ਲਿਆ ਤੇ ਮੇਰੇ ਤਾਏ ਜੀ ਨਾ ਸਾਡੇ ਕਾਕਾ ਦੇ ਸੀ ਜਿਸ ਤਰ੍ਹਾਂ ਉਹ ਕੰਧ ਦੇ ਨਾਲ ਵਧੀਆ ਸੀ ਮੈਂ ਅੱਛਾ ਮੈਂ ਕੋਠੇ ਤੋਂ ਉੱਤਰ ਕੇ ਨਾ ਪੌੜੀ ਉੱਥੋਂ ਦੀ ਤੇ ਉਹ ਕੰਧ ਤੇ ਚੜ੍ਹ ਕੇ ਤੇ ਮਾਰੀ ਛਾਲ ਤੇ ਮੇਰੇ ਇੱਥੇ ਵੱਜੀ ਮੁੰਜੀ ਉਹ ਮੁੰਨੀ ਜਿਹੜੀ ਗੱਡੀ ਸੀ ਮੈਂ ਦੀ ਅੱਛਾ ਅੱਛਾ ਤੇ ਸਾਡੇ ਜਿਹੜੇ ਬੁੜੇ ਸੀ 8-10 ਭਰਾ ਸੀਗੇ ਇਹ ਅੱਛਾ ਇੱਕ ਦੇ 4 ਸੀ ਇੱਕ ਦੇ 3 ਸੀ ਦੋਹਾਂ ਦਾ ਇਕੱਲਾ ਇਕੱਲਾ ਸੀ ਤੇਲੀਆਂ ਦਾ ਉਹ ਮੁੰਡਾ ਬਦਮਾਸ਼ ਵੀ ਸੀ ਭਲਾ ਮਾਨਸ ਵੀ ਸੀ ਉਹਦਾ ਮਾਂ ਪਿਓ ਸੀ ਲੰਗਾ ਲੰਗ ਮਾਰੇ ਦੱਬੇ ਸੀ ਤੇ ਘਰ ਉਹਦਾ ਸੀਗਾ ਜਮਿਆ ਸਕੂਲ ਦੀ ਕੋਠਾ ਸਾਥੋਂ ਉਹਨੂੰ ਉਹਦੀ ਮਾਂ ਨੇ ਕਿਹਾ ਪਿਓ ਨੇ ਕਿਹਾ ਵੀ ਤੂੰ ਭਾਜਾ ਤੈਨੂੰ ਲੈ ਜਾਣਗੇ ਇਹ ਉਹਨੇ ਕਿਹਾ ਜੇ ਤਾਂ ਆ ਗਏ ਬਾਹਰ ਫਿਰ ਤਾਂ ਕਈਆਂ ਨੂੰ ਲੈ ਕੇ ਮਰੂ ਅੱਛਾ ਤੇ ਜੇ ਮੇਰਾ ਮਨ ਅੰਦਰ ਮਾਰ ਦਾ ਸਵਾਲ ਮਾਰ ਦੇਣ ਉਹ ਜੀ ਜਿਸ ਵੇਲੇ ਘੇਰਾ ਪਾਈ ਦਾ ਉਹ ਡਾਂਗਾ ਲੈ ਕੇ ਬੈਠੇ ਸੀ ਬੱਚੀਆਂ ਦੀ ਰਾਖੀ ਤੇ ਹਾਂਜੀ ਹਾਂਜੀ ਨਹੀਂ ਤਾਂ ਮਰ ਜੀ ਅੰਦਰ ਲੰਘੇ ਹੋਣਾ ਲੜਨਾ ਪੈਣਾ ਤਾਂ ਪਹਿਲਾਂ ਸੀ ਜਿਹੜਾ ਜਾਨ ਬੰਦੇ ਵਿੱਚ ਉਹ ਫਿਰ ਤੇਲੀਆਂ ਦਾ ਘਰ ਸੀ ਨਾ ਉਹਨਾਂ ਨੇ ਫਿਰ ਪਾੜੀ ਕੋਠੇ ਦੀ ਛੱਤ ਅੱਛਾ ਛੱਤ ਪਾੜ ਕੇ ਮਿੱਟੀ ਦਾ ਤੇਲ ਦਾ ਪੀਪਾ ਪਾ ਕੇ ਉਹਨਾਂ ਨੇ ਲਾਈ ਅੱਗ ਉਹਨਾਂ ਨੇ ਸਿੱਖਾਂ ਨੇ ਅੱਛਾ ਉਹ ਸਾਰੇ ਤਿੰਨੇ ਜੀ ਅੰਦਰੇ ਮਰ ਗਏ ਉਹ ਅੱਛਾ ਜਿਸ ਵੇਲੇ ਅਸੀਂ ਨਿਕਲੇ ਆ ਉਹਨੇ ਪਿੰਡ ਦਾ ਸਰਦਾਰ ਲਿਖਿਆ ਨਿਕਲ ਜਾਓ ਬਾਕੀ ਗੱਲ ਹੈ ਤੁਹਾਡੇ ਮਗਰ ਕੋਈ ਸਿੱਖ ਨਾ ਆਊਗਾ ਜੇ ਆਇਆ ਨਾ ਤੇ ਮੈਂ ਗੋਲੀ ਦੇ ਰਫਲ ਲੈ ਕੇ ਕੋਠੇ ਤੇ ਬੈਠਾ ਤੇ ਮੈਂ ਲੰਘਾਈ ਜਾਊਂਗਾ ਹਾਂ ਮੁਸਲਮਾਨਾਂ ਦੇ ਕਿਹੜੇ ਪਿੰਡ ਚ ਆਏ ਮਰਾੜਾ ਅੱਗੇ ਆ ਗਿਆ ਵਟੂਆਂ ਚੱਕ ਅੱਛਾ ਫੇਰ
ਫਿਰ ਅਗਰ ਤੁਰ ਪਏ ਉੱਥੋਂ ਸਾਰੇ ਇਕੱਠੇ ਹੋ ਗਏ ਰਸਤੇ ਚ ਫਿਰ ਕੋਈ ਹਮਲਾ ਹੋਇਆ ਤੁਹਾਡੇ ਤੇ? ਹਮਲਾ ਸਾਡੇ ਤੇ ਕੋਈ ਨੀ ਹੋਇਆ ਜੀ, ਇੱਕ ਮੁੰਡਾ ਸਾਡਾ ਸੀਗਾ ਸੇਖਾਂ ਦਾ, ਤੇ ਉਹ ਘੋੜੀ ਲੈ ਕੇ ਚਾਰ ਸਵੇਰੇ ਵਜੇ ਫਿਰਦਾ, ਜੇ ਕੋਈ ਆਉਂਦਾ ਸੀ ਨਾ ਉਹਨੂੰ ਗੋਲੀ ਮਾਰ ਕੇ ਲੰਘਾਉਂਦਾ ਸੀਗਾ। ਅੱਛਾ, ਬਹੁਤ ਤਿੱਖਾ ਸੀ ਮੁੰਡਾ। ਅੱਛਾ, ਇੱਧਰ ਆਣ ਕੇ ਨਾਵਾਂ ਦਾ ਸੁਣਿਆ, ਬਾਕੀ ਉਹ ਫਿਰਦਾ ਏਦਾਂ ਹੀ ਸੀਗਾ, ਘੋੜੀ ਲੈ ਕੇ ਫਿਰਦਾ, ਘੋੜੀ ਤੇ ਸੀ ਉਹ। ਅੱਛਾ ਅੱਛਾ, ਬਾਕੀ ਸਭ ਤੁਰ ਕੇ ਆਏ ਆ। ਵਾਰਾ ਸਾਡਾ ਘੱਟ ਤੋਂ ਘੱਟ ਹੋਇਆ ਹਜ਼ਾਰ ਤੋਂ ਉੱਤੇ ਹੋਣਾ ਜੀ। ਅੱਛਾ, ਹਾਂਜੀ। ਤੇ ਰਸਤੇ ਚ ਫਿਰ ਕੋਈ ਮਰਿਆ ਤਾਂ ਕੋਈ ਨੀ ਨਾ? ਨਹੀਂ ਨਹੀਂ, ਕੋਈ ਨੀ ਮਰਿਆ ਰਸਤੇ, ਕੋਈ ਨੀ ਮਰਿਆ। ਅੱਛਾ, ਹਾਂਜੀ। ਨਹੀਂ, ਜਦੋਂ ਤੁਸੀਂ ਪਿੰਡੋਂ ਨਿਕਲੇ ਸੀ, ਹਾਂਜੀ, ਉਸ ਟਾਈਮ ਕਿਹੜੀ ਜਗ੍ਹਾ ਸੀ ਉਹ ਕੈਂਪ ਲੱਗਿਆ ਸੀ, ਕਿਹੜੀ ਜਗ੍ਹਾ ਸੀ ਉਹ? ਇਹ ਵੱਟੂਆਂ ਨੀ ਲੱਗਾ ਜੇ ਆ ਕੇ, ਵੱਟੂਆਂ ਵਾਲੇ, ਵੱਟੂਆਂ ਵਾਲੇ, ਹਾਂ, ਹਿੰਦੁਸਤਾਨ 'ਚ ਵੱਟੂਆਂ ਵਾਲੇ ਸੀ ਮੈਨੂੰ ਲੱਗਦਾ। ਹਾਂ, ਵੱਟੂ ਪਿੰਡ ਸੀਗਾ। ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ ਹਾਂਜੀ। ਤੇ ਠੀਕ ਹੈ, ਤੇ ਬਾਰਿਸ਼ਾਂ ਵੀ ਹੁੰਦੀਆਂ ਸੀ? ਬਾਰਿਸ਼ਾਂ ਨੂੰ ਇਹ ਪਸਾਂ ਹੋਈ ਆ, ਮੁੜ ਕੇ ਨਹੀਂ ਹੋਈ। ਅੱਛਾ, ਰੋਟੀ ਪਾਣੀ ਦਾ ਕੰਮ ਕਿਵੇਂ ਚੱਲਦਾ? ਰੋਟੀ ਪਾਣੀ ਜੇ ਆਪ ਹੀ ਜਿੱਥੇ ਬਹਿ ਜਾਂਦੇ ਸੀ ਪਕਾ ਪੂਏ ਖਾ ਜਾਂਦੇ ਸੀ। ਅੱਛਾ, ਹਾਂਜੀ। ਦਾਣਾ ਫੱਕਾ ਹੈਗਾ ਸੀ? ਦਾਣਾ ਫੱਕਾ ਲੈ ਆਏ ਸੀਗੇ, ਕਿਸੇ ਨੇ ਮਨ ਲੈ ਚੱਕ ਲਿਆ, ਕਿਸੇ ਨੇ ਦੋਵਾਂ ਗੱਡਿਆਂ ਦੇ ਉੱਤੇ ਰੱਖ ਲਿਆ ਹੋਣਾ, ਮਨ ਲੈ ਰੱਖ ਲਿਆ। ਅੱਛਾ, ਘੁਮਾਰ ਸੀ, ਕੋਟੇ ਦੇ ਰੱਖ ਲਿਆ ਸੀ। ਕਿਹੜਾ ਘੁਮਾਰ ਸੀ? ਅਸੀਂ ਘੁਮਾਰ ਆ, ਸਾਡੇ ਜਿਹੜੇ ਬੰਦੇ ਸੀ ਸਾਰੇ ਘੁਮਾਰ ਸੀਗੇ ਅਸੀਂ, ਆ ਭਾਂਡੇ ਬਣਾਉਣ ਵਾਲੇ। ਅੱਛਾ ਅੱਛਾ ਅੱਛਾ, ਤੇ ਉੱਤੇ ਫਿਰ ਖੋਤਿਆਂ ਦੇ ਉੱਤੇ ਆਪਣਾ ਅਨਾਜ ਪਾਣੀ ਰੱਖ ਲਿਆ? ਹਾਂਜੀ। ਅੱਛਾ, ਡੈਣੇ ਨੂੰ ਉੱਤੇ ਬਾਹ ਲੈਣੇ ਤੁਰ ਪੈਣਾ। ਅੱਛਾ ਅੱਛਾ ਅੱਛਾ, ਸਹੀ ਹੈ ਸਹੀ ਹੈ। ਮੈਂ ਤੁਰ ਕੇ ਆਇਆ, ਉਦੋਂ ਇੱਕ ਮੇਰਾ ਭਰਾ ਹੋਰ ਵੀ ਤੁਰ ਕੇ ਆਇਆ ਸੀ। ਅੱਛਾ, ਫਿਰ ਤਾਂ ਚੰਗੀ ਸੋਝੀ ਸੀ ਤੁਹਾਨੂੰ ਜਿਹੜਾ ਤੁਰ ਕੇ ਆਏ? ਹਾਂ, ਤੁਰ ਕੇ ਆਇਆ, ਵਾਹ ਵਾਹ, ਮੈਂ ਤੁਹਾਨੂੰ ਸਹਿਜਾ ਖੜਾ ਸੀ। ਅੱਛਾ ਅੱਛਾ, ਉੱਥੇ ਫਿਰ ਤੁਸੀਂ ਭਾਂਡੇ ਬਣਾਉਂਦੇ ਸੀ? ਏਰੀਆ 'ਚ ਭਾਂਡੇ ਬਣਾਉਂਦੇ, ਮੈਂ ਵੀ ਇੱਥੇ ਭਾਂਡੇ ਬਣਾਉਂਦਾ ਰਿਹਾ। ਅੱਛਾ 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 ਅੱਛਾ, ਠੀਕ ਹੈ। ਉੱਥੇ ਫਿਰ ਕਿੰਨੇ ਸੀ ਚਾਚੇ ਤਾਏ ਤੁਹਾਡੇ? ਚਾਚੇ ਤਾਏ ਦਾ ਜੀ ਚਾਰ ਸਾਡੇ ਦਾਦੇ ਸੀ। ਅੱਛਾ, ਕੀ ਨਾਂ ਸੀ ਉਹਨਾਂ ਦੇ? ਇੱਕ ਦੇ ਨਾਲ ਸੀ ਸ਼ਾਮ, ਸਾਡੇ ਦਾਦੇ ਨਾਲ ਸ਼ਾਮੂ ਸੀ। ਅੱਛਾ, ਇਹ ਵੱਡੇ ਦਾ ਕਾਕੂ ਸੀ। ਹਾਂ, ਇੱਕ ਦੇ ਨਾਲ ਮਾਮੂ ਸੀ। ਉਹਨਾਂ ਦੀ ਔਲਾਦ ਕਿੱਥੇ ਬੈਠੀ ਆ? ਉਹ ਰਿਆਸਤ 'ਚ ਹੈ। ਉਹ ਤਾਂ ਰਿਆਸਤ ਬਹੁਤ। ਅੱਛਾ, ਰਿਆਸਤ 'ਚ ਬੈਠੀ ਆ। ਕਾਕੂ ਦੀ ਔਲਾਦ ਕਾੜੇ ਕੋਲ ਬੈਠੀ ਹੈ। ਅੱਛਾ, ਕਾਕੂ ਦੀ, ਸਹੀ ਆ। ਤੇ ਨੰਬਰਦਾਰ ਦਾ ਨਾਂ ਦੱਸੋ ਕਿਸੇ ਦਾ ਉੱਥੇ ਦਾ? ਨੰਬਰਦਾਰ ਸਰਦਾਰ ਹੀ ਸਭ ਲਾ ਪਿੰਡ ਦਾ ਮਾਲਕ। ਸਰਦਾਰ, ਹਾਂਜੀ, ਸਰਦਾਰ ਸੀ ਉਹ, ਪਿੰਡ ਦਾ ਮਾਲਕ ਹੀ ਸੀ ਸਮਝ ਲਾ। ਅੱਛਾ, ਉਹਨੇ ਤੁਹਾਡੀ ਕੋਈ ਹੈਲਪ ਕੀਤੀ? ਹੈਲਪ ਉਹਨੇ ਕੀਤੀ, ਸਾਡੇ ਬੁੜਿਆਂ ਨੂੰ ਖਤ ਲਿਖੇ ਸੀਗੇ ਉਹਨੇ, ਹਾਂ, ਵੀ ਝੰਗ ਚਲੇ ਜਾਓ, ਜਾ ਕੇ ਮਕਾਨ ਸਾਂਭੋ। ਅੱਛਾ, ਦੁਕਾਨਾਂ ਸਾਂਭੋ, ਇਹ ਸਾਡੇ ਬੁੜੇ ਗਏ ਨਹੀਂ, ਇਹ ਕਹਿੰਦੇ ਸੀ ਇੰਡੀਆ ਨੂੰ ਮੁੜਨਾ ਸੀ। ਲੈ, ਅੱਛਾ, ਇੰਡੀਆ ਨੂੰ ਮੁੜਦੇ ਰਹੇ ਆ, ਸਾਨੂੰ ਬੁੜਿਆਂ ਨੂੰ ਜਗ੍ਹਾ ਵੀ ਨਹੀਂ ਬਣਾਉਣ ਦਿੱਤੀ, ਅਸੀਂ ਵੀ ਵਾਪਸ ਉੱਥੇ ਹੀ ਜਾਣਾ, ਉੱਥੇ ਜਾਣਾ। ਅੱਛਾ, ਪਿੱਛੇ ਜਾਂਦੇ ਰਹੇ, ਇੰਡੀਆ ਦੇ ਖਾਬ ਦੇਖੀ ਗਏ। ਉੱਥੋਂ ਦਾ ਪਾਣੀ ਚੰਗਾ ਸੀ ਤਾਂ ਕਰਕੇ? ਪਾਣੀ ਬਹੁਤ ਚੰਗਾ ਸੀ, ਪਾਣੀ ਇੱਧਰਲੇ ਕਿਉਂ ਵਰਗਾ। ਅੱਛਾ, ਹਾਂਜੀ, ਕੀ ਬਾਤ ਹੈ, ਦਾਣਾ ਪਾਣੀ ਸੀ। ਉੱਥੇ ਫਿਰ ਪੜ੍ਹਦੇ ਪੁੜਦੇ ਤਾਂ ਕੋਈ ਨਹੀਂ ਸੀ ਤੁਸੀਂ? ਨਹੀਂ, ਅਨਪੜ੍ਹ ਚਿੱਟੇ ਆ। ਅੱਛਾ, ਨਹੀਂ ਪੜ੍ਹ ਸਕੇ, ਨਾ ਨਹੀਂ ਸਾਨੂੰ ਕਿਸੇ ਨੇ ਪਾਇਆ ਨਹੀਂ ਸਕੂਲੇ, ਇੱਥੇ ਵੀ ਨਹੀਂ ਆ ਕੇ ਪੜ੍ਹ ਸਕੇ, ਨਾ ਇੱਥੇ ਵੀ ਸਾਨੂੰ ਕਿਸੇ ਨੇ ਪਾਇਆ।